ਅੱਜ ਪੰਜਾਬੀ ਸੰਸਾਰ ਦੇ ਹਰ ਕੋਨੇ ਵਿੱਚ ਆਪਣਾ ਨਾਮ ਬਣਾ ਰਹੇ ਨੇ ਅਤੇ ਆਪਣੇ ਨਾਮ ਦੇ ਨਾਲ ਦੇਸ਼ ਅਤੇ ਆਪਣੀ ਕੌਮ ਨੂੰ ਵੀ ਮਾਣ ਦਿਵਾ ਰਹੇ ਨੇ। ਅਜਿਹੀ ਇੱਕ ਮਿਸਾਲ ਕਾਇਮ ਕੀਤੀ ਹੈ ਅਮਰੀਕਾ ਵਿੱਚ ਰਹਿੰਦੇ ਪੰਜਾਬੀਆਂ ਨੇ। ਕੈਲੀਫੋਰਨੀਆ ਦੇ ਔਕਲੈਂਡ ਵਿੱਚ ਵਸਦੇ ਪੰਜਾਬੀਆਂ ਦੁਆਰਾ ਇੱਕ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਗਿਆ, ਜਿਸ ਵਿੱਚ ਉਹਨਾਂ ਔਕਲੈਂਡ ਅਰੇਨਾ ਵਿੱਚ ਇੱਕ ਵਰੀਅਰ ਸਿਕਸ ਨਾਈਟ ਦਾ ਆਯੋਜਨ ਕੀਤਾ। ਇਸ ਪ੍ਰਤੀਯੋਗਤਾ ਵਿੱਚ ਸੈਲਡੇਵ ਗੁਰਦੁਆਰਾ, ਫ੍ਰੀਮਾਉਂਟ ਗੁਰਦੁਆਰਾ ਅਤੇ ਸੇਨਹੁਜੇ ਗੁਰਦੁਆਰਾ ਸਾਹਿਬ ਦੇ ਸਹਿਯੋਗ ਦੇ ਨਾਲ ਵੱਖ ਵੱਖ ਸ਼ਹਿਰਾਂ ਤੋਂ ਆਏ ਹੋਏ 110 ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਮਰੀਕਾ ਵਿੱਚ ਵਸਦੇ ਪੰਜਾਬੀਆਂ ਵੱਲੋਂ ਨਵੰਬਰ ਦਾ ਮਹੀਨਾ ਸਿੱਖ ਜਾਗਰੂਕਤਾ ਵਜੋਂ ਮਨਾਇਆ ਜਾਂਦਾ ਹੈ, ਜਿਸ ਅਧੀਨ ਹੀ ਇਹ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਅਸੀਂ ਇੱਦਾਂ ਦੇ ਉਪਰਾਲੇ ਫਿਰ ਫਿਊਚਰ ਦੇ ਵਿੱਚ ਕਰਾਂਗੇ, ਸੋ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਜਿਹੜੇ ਇਸ ਨੂੰ ਸਹਿਯੋਗ ਦਿੱਤਾ ਇਸ ਦੇ ਵਿੱਚ ਅਤੇ ਇਸ ਨੂੰ ਕਾਮਯਾਬ ਕੀਤਾ। ਇਹਨਾਂ ਕਹਿੰਦਾ ਆ ਫਿਰ ਗੋ ਵਾਰੀਅਰਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਜੋ ਅੱਜ ਅਸੀਂ ਬੱਚਿਆਂ ਦੇ ਚਿਹਰਿਆਂ 'ਤੇ ਜੋ ਖੁਸ਼ੀ ਦੇਖੀ ਹੈ, ਉਹ ਮਤਲਬ ਉਹਦੀ ਕੋਈ ਪ੍ਰਾਈਸ ਨਹੀਂ। ਸਾਨੂੰ ਸਾਰਿਆਂ ਨੂੰ ਇੱਦਾਂ ਦੇ ਉਪਰਾਲੇ ਸਪੋਰਟਸ ਦੇ ਕਰਨੇ ਚਾਹੀਦੇ ਆ। ਸੋ ਮੈਂ ਅਗੇਨ ਜਿੰਨੇ ਵੀ ਔਰਗੇਨਾਈਜ਼ਰ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਅੱਗੋਂ ਵੀ ਅਗਲੇ ਸਾਲ ਜਿਹੜਾ ਹੋਊਗਾ ਉਹਦੇ 'ਚ ਵੱਧ ਚੜ੍ਹ ਕੇ ਅਸੀਂ ਹਿੱਸਾ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਗੋਲਡਨ ਸਟੇਟ ਵਾਰੀਅਰਸ ਅਤੇ ਮੈਂਫਿਸ ਗ੍ਰਿਜ਼ਲੀਜ਼ ਦੇ ਵਿੱਚ ਜਿਹੜੀ ਗੇਮ ਹੋਈ ਹੈ ਉਹਦੇ ਵਿੱਚ ਵਾਰੀਅਰਸ ਨੇ ਸਿੱਖ ਨਾਈਟ ਸੈਲੀਬ੍ਰੇਟ ਕੀਤੀ ਹੈ। ਔਰ ਖਾਸ ਕਰਕੇ ਮੈਨੂੰ ਖੁਸ਼ੀ ਹੋਈ ਕਿ ਛੋਟੇ ਬੱਚੇ, ਉਹਨਾਂ ਨੂੰ 2 ਮਿੰਟ ਦਾ ਟਾਈਮ ਦਿੱਤਾ ਗਿਆ ਸੀ, ਉਹਨਾਂ ਨੇ ਕੋਰਟ ਦੇ ਵਿੱਚ ਮੇਨ ਕੋਰਟ ਦੇ ਵਿੱਚ ਆ ਕੇ ਗੇਮ ਖੇਲੀ। ਔਰ ਸਾਰੇ ਬੱਚੇ ਪਟਕੇ ਵਾਲੇ, ਗੁਰਸਿੱਖੀ ਸਰੂਪ ਵਾਲੇ ਬੱਚੇ ਸਨ। ਉਹਦੇ ਨਾਲ ਬੱਚਿਆਂ ਨੂੰ ਹੋਰ ਵੀ ਹੌਸਲਾ ਅਫਜ਼ਾਈ ਹੁੰਦੀ ਹੈ ਕਿ ਆਪਣੇ ਸਰੂਪ 'ਚ ਰਹਿ ਕੇ ਵੀ ਅਸੀਂ ਇਸ ਕੰਟਰੀ 'ਚ ਰਹਿ ਕੇ ਐਕਸੈਲ ਕਰ ਸਕਦੇ ਹਾਂ। ਸਾਡੇ ਲਈ ਕੋਈ ਕਿਸੇ ਚੀਜ਼ ਦੀ ਵੀ ਕੋਈ ਲਿਮਿਟ ਨਹੀਂ ਹੈਗੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਭ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਅੱਜ ਔਕਲੈਂਡ ਅਰੀਨਾ ਦੇ ਵਿੱਚ ਖੜ੍ਹੇ ਹਾਂ। ਹਾਂਜੀ, ਨਵੰਬਰ ਜਿਹੜਾ ਆ ਉਹ ਕੈਲੀਫੋਰਨੀਆ ਦੇ ਵਿੱਚ ਸਿੱਖ ਅਵੇਅਰਨੈਸ ਅਤੇ ਐਪਰੀਸ਼ੀਏਸ਼ਨ ਮੰਥ ਦੇ ਨਾਂ ਨਾਲ ਮਨਾਇਆ ਜਾ ਰਿਹਾ ਆ। ਇਸੇ ਸੰਬੰਧ ਦੀ ਕੜੀ ਵਿੱਚ ਬੇਰੀ ਦੀ ਸਮੂਹ ਸੰਗਤ ਨੇ ਗੁਰਦੁਆਰਾ ਸਾਹਿਬ ਫ੍ਰੀਮਾਉਂਟ, ਗੁਰਦੁਆਰਾ ਸਾਹਿਬ ਸੈਨਹੋਜ਼ੇ, ਸੈਲਡੈਫ ਅਤੇ ਈਵਨ ਦੂਰ ਦੂਰ ਤੋਂ ਮੈਂਟੀਕੇ ਤੋਂ, ਸਟੋਕਟਨ ਤੋਂ ਵੀ ਸੰਗਤਾਂ ਚੱਲ ਕੇ ਆਈਆਂ। ਕੋਈ 330 ਤੋਂ ਵੱਧ ਆਪਣੀ ਸਿੱਖ ਸੰਗਤ ਨੇ ਇਹਦੇ ਵਿੱਚ ਹਿੱਸਾ ਲਿਆ, ਜਿਹਦੇ ਵਿੱਚ ਮੈਨੂੰ ਖੁਸ਼ੀ ਹੈ ਕਿ 110 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਔਰ ਇਹਨਾਂ ਦੀ ਔਕਲੈਂਡ ਦੇ ਵਿੱਚ ਇੱਥੇ ਵਾਰੀਅਰ ਦੀ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਬੱਚਿਆਂ ਨੇ ਇੱਕ ਛੋਟੀ ਜਿਹੀ ਗੇਮ ਉਸੇ ਫੀਲਡ ਦੇ ਵਿੱਚ ਖੁੱਚੀ। ਮੇਰਾ ਮਨ ਬੜਾ ਖੁਸ਼ ਹੋਇਆ ਕਿ ਆਪਣੇ ਸਿੱਖ ਬੱਚਿਆਂ ਨੇ ਇੱਥੇ ਐਡੇ ਵੱਡੇ ਅਰੀਨਾ ਦੇ ਵਿੱਚ, ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਦੇਖ ਰਹੇ ਸਨ, ਉਹਨਾਂ ਨੇ ਸਿੱਖ ਬੱਚਿਆਂ ਨੂੰ ਖੇਡਦੇ ਹੋਏ ਦੇਖਿਆ। ਸਤਿਗੁਰੂ ਦਾ ਸ਼ੁਕਰ ਆ ਕਿ ਖਾਲਸਾ ਜਿੱਥੇ ਵੀ ਹੁੰਦਾ ਆ ਨਿਆਰਾ ਹੁੰਦਾ ਆ, ਪਰ ਅਸੀਂ ਸਾਡੀਆਂ ਵੈਲਿਊਜ਼ ਇਹਨਾਂ ਲੋਕਾਂ ਵਰਗੀਆਂ ਹੀ ਆ। ਸੋ ਸਾਨੂੰ ਇਹਨਾਂ ਲੋਕਾਂ ਦੇ ਨਾਲ ਸਪੋਰਟਸ ਦੇ ਪ੍ਰੋਗਰਾਮਾਂ ਦੇ ਵਿੱਚ, ਹੋਰ ਸਿਵਿਕ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ ਆ। ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ, ਫੈਮਲੀਜ਼ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਆ, ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਇੱਕ ਤਾਂ ਅਸੀਂ ਮਨੋਰੰਜਨ ਕਰਦੇ ਹਾਂ, ਨਾਲ ਦੀ ਨਾਲ ਅਸੀਂ ਆਪਣੀ ਦਸਤਾਰ ਦੀ ਸਾਂਝ ਦੂਜੇ ਲੋਕਾਂ ਦੇ ਨਾਲ ਪਾਉਂਦੇ ਹਾਂ, ਤਾਂ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਸਾਡੇ 'ਚ ਵੀ ਉਹੀ ਵੈਲਿਊਜ਼ ਨੇ ਜੋ ਅਮੈਰੀਕਨ ਵੈਲਿਊਜ਼ ਉਹਦੇ ਸਿਮਿਲਰ ਹੈਗੀਆਂ ਆ। ਸੋ ਇੱਕ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸਹਿਯੋਗ ਦਿੱਤਾ, ਦੂਰੋਂ ਨੇੜੋਂ ਚੱਲ ਕੇ ਸਾਰੇ ਆਏ। ਇਸ ਸਪੋਰਟਸ ਇਵੈਂਟ ਦੌਰਾਨ ਸਿੱਖੀ ਸਰੂਪ ਵਾਲੇ ਬੱਚਿਆਂ ਦੀਆਂ 2 ਟੀਮਾਂ, ਗੋਲਡਨ ਸਟੇਟ ਵਾਰੀਅਰ ਅਤੇ ਮੈਂਟਲਿਸ ਗ੍ਰਿਜ਼ਲੀਜ਼ ਨੇ ਬਹੁਤ ਹੀ ਸੋਹਣਾ ਖੇਡ ਪ੍ਰਦਰਸ਼ਨ ਕੀਤਾ, ਜੋ ਕਿ ਨਵੀਂ ਉੱਭਰ ਰਹੀ ਪੀੜ੍ਹੀ ਲਈ ਇੱਕ ਉਤਸ਼ਾਹ ਦਾ ਕਾਰਨ ਬਣਿਆ ਅਤੇ ਬੱਚਿਆਂ ਨੂੰ ਖੇਡ ਨਾਲ ਜੋੜਨ ਦਾ ਵਧੀਆ ਯਤਨ ਵੀ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਹਰਸ਼ਦੀਪ ਸਾਹੀ। The warrior experience that we had today was unforgettable. I got to see the courtside players shoot and then almost got signatures from other players, and they won the game and they will win the championships 3 years in a row. Today, I don't think we see a lot of these opportunities for our community to come together outside the Gazara and Sikh awareness nights after this. Armanpreet Singh Sikho. Armanpreet ji, te tuhadi pehli game si warriors di? Haan ji. Theek hai ji, te experience kidda laga tuhanu? Good experience. It felt good to represent my community and raise awareness to people that don't know who we are and what we came through and all our hardships. Absolutely. Te tusi basketball khelde ho api? Yeah. Tada favorite player kaun hai? Kobe Bryant. Mera naam Manat hai. I had the opportunity to be on the court when they were singing the Star Spangled Banner. And it was really nice and inspiring because it gives opportunities for little boys and girls to see other players on the court and maybe, you know, help them realize that they too can be part of
the NBA or the WNBA one day too, and I'm really thankful for this opportunity, not only for me but also for all the little sick kids out there. Thank you. Did you play the games? No, we try to come to one game every year. Last time, how did you experience this? It was exciting because we all sat together. Like, we also got to go like get seen on the screen, but just to see like Happy Birthday Amitoj Singh and like stuff like that coming on screen was amazing. Ke asi har vale athe aunde, but like kalle kalle aunde apne family naal nahi, but puri like we came with the entire community to watch this game. And that's, and the Warriors, we all talk about it at the Gurdwara jadon assi milde aa, to all come together. It was really fun. Thanks. ਜਿੱਥੇ ਇਸ ਸਮਾਗਮ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ, ਉੱਥੇ ਹੀ ਸਪੋਰਟਸ ਇਵੈਂਟ ਵਜੋਂ ਕੀਤਾ ਗਿਆ ਇਸ ਸਮਾਗਮ ਸਿੱਖਾਂ ਨੂੰ ਇੱਕ ਵੱਖਰੀ ਪਹਿਚਾਣ ਬਣਾਉਣ ਅਤੇ ਜਵਾਨੀ ਨੂੰ ਇੱਕ ਚੰਗੀ ਸੇਧ ਦੇਣ ਦਾ ਵੀ ਵਧੀਆ ਯਤਨ ਹੈ। ਲਗਾਤਾਰ ਜਿਹੜੇ ਆਪਾਂ ਕਵਰੇਜ ਤੁਹਾਨੂੰ ਜਿਹੜੀ ਦਿਖਾ ਰਹੇ ਹਾਂ ਵੀ ਅੱਜ ਆਪਾਂ ਜਿਹੜਾ ਵਾਰੀਅਰਸ ਨਾਈਟ ਜਿਹੜਾ ਓਰੈਕਲ ਅਰੀਨਾ ਦੇ ਵਿੱਚ ਜਿਹੜੀ ਦੇਖੀ ਆ, ਜਿਸ ਦੇ ਵਿੱਚ ਵਾਰੀਅਰ ਸਿੱਖ ਨਾਈਟ ਜਿਹੜੀ ਦੇਖੀ ਆ, ਸੋ ਹੋਰ ਵੀ ਆਏ ਨੇ ਜਿਹੜੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮਾਈ ਨੇਮ ਇਜ਼ ਸੁਦੀਪ ਵਰਗੇ। ਇਟ ਇਜ਼ ਅ ਵੰਡਰਫੁਲ ਇਵੈਂਟ and organized by our great people with the Gurdwara and most of the guys who are associated with the Sikh coalition. Is amazing, bahut bahut maza aaya hai, and I think we'll have more wonderful events like these, and we would like more of our people to, you know, join us with in this wonderful you know, Sikh coalition, which is going to be putting our you know, faith forward. So it's just an amazing, amazing effort and event. Thank you guys. Thank you ji, bahut bahut shukriya. Bas enna hi ke ji, bahut changa event hai ga, and we really really appreciate what the Sikh community is doing, and we will support them in any which way we can, and we are here to support them, and all my office team is there, you know. Yay! So yeah, you know, we are here. Come on, come on guys, come on, come. Come on, come. And we all are here, and these girls, they specially came to support us, you know, and I really appreciate it. And yeah, thank you very much. We really, really are having fun. Main hai ji Dr. Virk, Amandeep Virk, Union City cha sada office. Thank you very much ji. Thank you. Virk. Thank you. Jadi jadi Warrior Sikh Night jadi oh sampurn hundi aa. ਸੋ ਤੁਸੀਂ ਵੱਖ ਵੱਖ ਜਿਹੜਾ ਆ ਸਾਰਿਆਂ ਦੀਆਂ ਗੱਲਾਂ ਸੁਣੀਆਂ, ਸਾਰਿਆਂ ਨੇ ਬਹੁਤ ਇੰਜੋਏ ਕੀਤਾ, ਬਹੁਤ ਸਾਰੇ ਅਜਿਹੇ ਲੋਕ ਸੀਗੇ ਜਿਹੜੇ ਫਸਟ ਟਾਈਮ ਜਿਹੜੇ ਅੱਜ ਇੱਥੇ ਆਏ ਸੀਗੇ, ਸੋ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ। ਜਿੱਦਾਂ ਸ਼ੁਰੂਆਤ ਦੇ ਵਿੱਚ ਆਪਾਂ ਦੇਖੀ ਸਕ੍ਰਿਮਿਜ ਗੇਮ ਹੋਈ, ਫਿਰ ਬੱਚਿਆਂ ਨੂੰ ਐਂਥਮ ਦੇ ਵਿੱਚ ਨਾਲ ਉਹਨਾਂ ਨੇ ਖਿਲਾਰਿਆ, ਉਹਨਾਂ ਨੇ ਐਂਥਮ ਦੇ ਵਿੱਚ ਪਾਰਟੀਸਪੇਟ ਕੀਤਾ, ਸੋ ਬਾਅਦ ਦੇ ਵਿੱਚ ਜਦੋਂ ਟਨਲ ਦੇ ਵਿੱਚ ਖਿਲਾਰਿਆ, ਸੋ ਬੱਚਿਆਂ ਦੇ ਲਈ ਬਹੁਤ ਹੀ ਇੱਕ ਵਧੀਆ ਐਕਸਪੀਰੀਅੰਸ ਹੈ। ਇਹਦੇ ਨਾਲ ਬੱਚੇ ਸਪੋਰਟਸ ਨਾਲ ਜੁੜਦੇ ਆ, ਵਧੀਆ ਤੋਂ ਵਧੀਆ ਜਿਹੜੇ ਪਲੇਅਰਸ ਆ, ਚੰਗੇ ਪਲੇਅਰਸ ਆ, ਉਹਨਾਂ ਦੀ ਜਿਹੜੀ ਉਹ ਸੰਗਤ ਕਰਨਗੇ, ਉਹਨਾਂ ਦੇ ਬਾਰੇ ਉਹ ਜਾਣਨਗੇ ਅਤੇ ਉੱਦਾਂ ਦੇ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਸਿੱਖ ਅਤੇ ਵਾਰੀਅਰ ਇੱਕ ਅਜਿਹੀ ਨਾਮ ਆ, ਦੋ ਚੀਜ਼ਾਂ ਜਿਹੜੀ ਇੱਕ ਦੂਜੇ ਤੋਂ ਅਲੱਗ ਨਹੀਂ ਹੋ ਸਕਦੀਆਂ, ਸੋ ਬਹੁਤ ਵਧੀਆ ਆਪਣੇ ਕੋਲ ਮੌਕਾ ਸੀਗਾ। ਸੋ ਵਾਰੀਅਰ ਸਿੱਖ ਨਾਈਟ ਜਿਹੜੀ ਉਹ ਹੋਈ ਆ, ਜਿੱਦਾਂ ਪਹਿਲਾਂ ਵੀ ਕਈਆਂ ਨੇ ਦੱਸ ਕੇ ਗਏ ਆ ਸਾਰੇ ਜਾਣੇ, ਵੀ ਕੈਲੀਫੋਰਨੀਆ ਦੇ ਵਿੱਚ ਨਵੰਬਰ ਦਾ ਮਹੀਨਾ ਜਿਹੜਾ ਸਿੱਖ ਐਪਰੀਸੀਏਸ਼ਨ ਅਵੇਅਰਨੈਸ ਮੰਥ ਦੇ ਵਜੋਂ ਮਨਾਇਆ ਜਾਂਦਾ ਆ, ਸੋ ਸਭ ਨੂੰ ਉਸ ਚੀਜ਼ ਦੀ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ, ਅਤੇ ਇੱਕ ਆਪਣੀ ਆਈਡੈਂਟੀ ਨੂੰ ਦੱਸਣ ਦੇ ਲਈ ਬਹੁਤ ਹੀ ਇੱਕ ਵਧੀਆ ਉਪਰਾਲਾ ਆ। ਸਾਰੇ ਹੀ ਪ੍ਰਬੰਧਕ, ਸਾਰੇ ਹੀ ਆਰਗੇਨਾਈਜ਼ਰ, ਸੈਲਡੈਫ ਗੁਰਦੁਆਰਾ ਸਾਹਿਬ ਫਰੀਮੌਂਟ, ਗੁਰਦੁਆਰਾ ਸਾਹਿਬ ਸੈਨੋਜ਼ੇ, ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ, ਬਾਕੀ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸਫਲਤਾਪੂਰਵਕ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਨਿਬੜਿਆ ਆ। ਸੋ ਆਪਾਂ ਜਿਹੜੀ ਹੈ ਇਜਾਜ਼ਤ ਲੈਂਦੇ ਹਾਂ, ਪਰ ਜਾਣ ਤੋਂ ਪਹਿਲਾਂ ਇੱਕ ਹੋਰ ਸਾਡੇ ਵੀਰ ਜਿਹੜੇ ਅੱਜ ਜਾ ਕੇ ਆਏ ਨੇ, ਇਹਨਾਂ ਨੇ ਦੇਖਿਆ, ਕੀ ਨਾਮ ਆ ਵੀਰ ਜੀ? ਹਾਂਜੀ, ਕੀਰਤ ਸਿੰਘ ਸ਼ਾਹ। ਸੋ ਕੀਰਤ ਸਿੰਘ ਜੀ, ਹਾਊ ਵਾਸ ਯੂਰ ਐਕਸਪੀਰੀਅੰਸ? ਵਾਸ ਇਟ ਯੂਰ ਫਰਸਟ ਗੇਮ? ਪਹਿਲੀ ਵਾਰੀ ਆਏ ਆ? ਦਿਸ ਇਜ਼ ਮਾਈ ਫਰਸਟ ਵਾਰੀਅਰ ਸਿੱਖ ਨਾਈਟ, ਐਂਡ ਆਈ ਗਾਟ ਟੂ ਸੇ ਆਰ ਕਮਿਊਨਿਟੀ ਰੈਪਰੈਜ਼ੈਂਟਡ, ਆਈ ਸੀ ਦ ਸਟੈਂਡਸ, ਆਈ ਸੀ ਦ ਕਿਡਸ ਔਨ ਦ ਟੀਵੀ, ਇਟ ਵਾਸ ਗ੍ਰੇਟ। ਆਈ ਮੀਨ, I think the biggest important thing was that people got to see us as how we are, you know, they got to see our kids in front of the players and meet them and shake their hands. So overall, I just felt very happy about, you know, Sikh night and how we feel about today. So hopefully we'll have more Sikh nights at Warrior game. Definitely. We already have at Clippers and many other teams. We hope to have these many more times. Yeah, definitely. All right, thank you very much. ਸੋ ਬਹੁਤ ਬਹੁਤ ਸਾਰਿਆਂ ਨੂੰ ਹੀ ਹੁਣ ਜਿਹੜੀ ਆਪਾਂ ਅਲਵਿਦਾ ਆਖਦੇ ਹਾਂ, ਧੰਨਵਾਦ ਕਰਦੇ ਹਾਂ। ਸੋ ਸਾਰੇ ਹੀ ਜਿਹੜੇ ਦੂਰੋਂ ਨੇੜਿਓਂ ਪਹੁੰਚੇ ਨੇ, ਸਾਰੇ ਹੀ ਸੱਜਣਾਂ ਦਾ, ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਮੇਰੇ ਰਾਜਕਰਨਵੀਰ ਸਿੰਘ ਤੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖ ਅਤੇ ਵਰੀਅਰ ਸ਼ਬਦ ਸਮਾਨ ਹੀ ਨੇ, ਇਹਨਾਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ। ਇਸੇ ਤਰ੍ਹਾਂ ਹੀ ਇਹਨਾਂ ਸਿੱਖ ਬੱਚਿਆਂ ਨੇ ਵੀ ਆਪਣੀ ਖੇਡ ਦੇ ਹੁਨਰ ਦੇ ਨਾਲ ਬਾਖੂਬੀ ਰੰਗ ਬੰਨਿਆ। ਉਮੀਦ ਹੈ ਕਿ ਅੱਗੇ ਤੋਂ ਵੀ ਅਜਿਹੇ ਉਪਰਾਲੇ ਹੁੰਦੇ ਰਹਿਣਗੇ ਅਤੇ ਸਿੱਖ ਜਗਤ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ। ਅਮੈਰੀਕਾ ਤੋਂ ਸਰਦਾਰ ਹਰਪ੍ਰੀਤ ਸਿੰਘ ਦਰਦੀ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।